ਤੇ ਫਿਰ ਉਹਨਾਂ ਨੇ ਮਹਿਸੂਸ ਕੀਤਾ ਤੱਕਿਆ ਕਿ ਭਾਈ ਬਲਵੰਤ ਸਿੰਘ ਜੀ ਤਾਂ ਹੁਣ ਬਹੁਤਾਤ ਹੀ ਸਰੀਰਕ ਤੌਰ ਤੇ ਤੰਦਰੁਸਤ ਮਹਿਸੂਸ ਹੋ ਰਹੇ ਨੇ। ਕਥਾ ਵਿਚਾਰ ਤੋਂ ਉਪਰੰਤ ਮਸਕੀਨ ਜੀਆਂ ਨੂੰ ਭਾਈ ਬਲਵੰਤ ਸਿੰਘ ਜੀ ਦਾ ਮਿਲਾਪ ਹੋਇਆ ਤੇ ਉਹਨਾਂ ਨੇ ਫਤਿਹ ਦੀ ਸਾਂਝ ਕੀਤੀ ਹੈ। ਤੇ ਫਿਰ ਮਸਕੀਨ ਜੀ ਲਿਖਦੇ ਕਿ ਉਹਨਾਂ ਨੇ ਪੁੱਛਿਆ ਭਾਈ ਸਾਹਿਬ ਜੀ ਨੂੰ ਕਿ ਭਾਈ ਸਾਹਿਬ ਮੈਨੂੰ ਮਹਿਸੂਸ ਹੋ ਰਿਹਾ ਕਿ ਤੁਸੀਂ ਹੁਣ ਤੰਦਰੁਸਤ ਹੋ। ਤੇ ਭਾਈ ਸਾਹਿਬ ਜੀ ਆਖਣ ਲੱਗੇ ਕਿ ਹਾਂ ਗਿਆਨੀ ਜੀ, 40 ਦਿਨਾਂ ਦੇ ਵਿੱਚ ਹੀ ਮੇਰੇ ਸਰੀਰ ਦੇ ਇਹ ਜ਼ਖਮਾਂ ਤੋਂ ਰਾਹਤ ਨਸੀਬ ਹੋ ਗਈ ਹੈ ਤੇ ਇਸੇ ਕਾਰਨ ਹੀ ਹੁਣ ਮਸਕੀਨ ਜੀ ਲਿਖਦੇ ਆ ਕਿ ਭਾਈ ਬਲਵੰਤ ਸਿੰਘ ਜੀ ਨੂੰ ਮਲੇਸ਼ੀਆ ਦੀ ਧਰਤੀ ਦਾ ਜਿਹੜਾ ਪਾਣੀ ਸੀਗਾ, ਖੁਰਾਕ ਸੀਗੀ ਨਾ, ਉਹ ਭਾ ਨਹੀਂ ਸੀ ਰਹੀ। ਉਹ ਸਰੀਰ ਦੇ ਮੁਤਾਬਕ ਉੱਥੋਂ ਦੀ ਹਵਾ, ਉੱਥੋਂ ਦਾ ਪਾਣੀ, ਉੱਥੋਂ ਦੀ ਖੁਰਾਕ ਜਿਹੜੀ ਸੀ ਨਾ, ਉਹੀ ਤਨ ਦੇ ਵਿੱਚ ਰੋਗਾਂ ਦਾ ਕਾਰਨ ਬਣਦੀ ਪਈ ਸੀ। ਇਸੇ ਕਾਰਨ ਹੀ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਹਵਾਲਾ ਦਿੱਤਾ ਹੈ ਕਿ ਕਈ ਥਾਵਾਂ ਦੇ ਉੱਪਰ ਤਾਂ ਇਨਸਾਨ ਦੀ ਖੁਰਾਕ ਜਲ ਪਾਣੀ ਵੀ ਉਸ ਦੇ ਸਰੀਰ ਨੂੰ ਬਹੁਤਾਤ ਹੀ ਤੰਦਰੁਸਤ ਬਣਾ ਦਿੰਦਾ ਹੈ ਅਤੇ ਕਈ ਥਾਵਾਂ 'ਤੇ ਇਨਸਾਨ ਨੂੰ ਉਸ ਦੇ ਸਰੀਰ ਦੀ ਖੁਰਾਕ ਹੀ ਜਿਹੜੀ ਹੈ ਉਹ ਬਹੁਤ ਭਿਅੰਕਰ ਭਿਆਨਕ ਰੋਗਾਂ ਦਾ, ਗੁਰੂ ਪਿਆਰੂ ਰੋਗਾਂ ਦੇ ਨਾਲ ਹੀ ਮੜ ਕੇ ਰੱਖ ਦਿੰਦੀ ਹੈ। ਇਹ ਭਿਆਨਕ ਰੋਗ ਹੀ ਇਸ ਸਰੀਰ ਦੇ ਵਿੱਚ ਆਉਣ ਵਸਦੇ ਨੇ, ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਸਰੀਰ ਪਾਣੀ ਹਵਾ ਖੁਰਾਕ ਦੇ ਕਾਰਨ। ਅਤੇ ਫਿਰ ਮਸਕੀਨ ਜੀ ਆਖਣ ਲੱਗੇ ਕਿ ਮੈਂ ਬਲਵੰਤ ਸਿੰਘ ਜੀ ਨੂੰ ਆਖਿਆ ਕਿ ਹੁਣ ਮੇਰੀ ਮੰਨੋ ਤਾਂ ਤੁਸੀਂ ਆਪਣਾ ਪਰਮਾਨੈਂਟ ਰਿਹਾਇਸ਼ ਜਿਹੜੀ ਹੈ ਉਹ ਆਪਣੀ ਜੱਦੀ ਪੁਸਤ ਆਪਣੇ ਪਿਛੋਕੜ ਘਰ ਦੇ ਵਿੱਚ ਹੀ ਕਰੋ ਤਾਂ ਕਿ ਤੁਹਾਡਾ ਸਰੀਰ ਇਸੇ ਤਰ੍ਹਾਂ ਰਿਸ਼ਟ ਪੁਸ਼ਟ ਰਹੇ, ਤੰਦਰੁਸਤ ਰਹਿ ਸਕੇ। ਪਰ ਕੁਛ ਹੀ ਦਿਨਾਂ ਦੇ ਬਾਅਦ ਭਾਈ ਬਲਵੰਤ ਸਿੰਘ ਜੀ ਫਿਰ ਵਾਪਸ ਮਲੇਸ਼ੀਆ ਚਲੇ ਗਏ ਨੇ, ਮਲੇਸ਼ੀਆ ਗਏ ਹੈ ਅਤੇ ਤਕਰੀਬਨ ਹਰ ਹਫ਼ਤਾ 10 ਦਿਨ ਦਾ ਸਮਾਂ ਬਤੀਤ ਹੋਇਆ ਅਤੇ ਫਿਰ ਉਸੇ ਤਰ੍ਹਾਂ ਸਰੀਰ ਦੇ ਉੱਪਰ ਜ਼ਖਮ ਹੋ ਗਏ ਨੇ। ਉਸੇ ਤਰ੍ਹਾਂ ਹੀ ਸਰੀਰ ਜਿਹੜਾ ਹੈ ਉਹ ਇਸ ਰੋਗ ਦੇ ਨਾਲ ਪੀੜਿਤ ਹੋ ਗਿਆ ਹੈ। ਫਿਰ ਕੁਛ ਦਿਨਾਂ ਤੱਕ ਦਵਾ ਦਾਰੂ ਇਸਤੇਮਾਲ ਕਰਕੇ ਵੇਖਿਆ ਅਤੇ ਫਿਰ ਵਾਪਸ ਪਰਮਾਨੈਂਟਲੀ ਹੀ ਭਾਈ ਸਾਹਿਬ ਆਪਣੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਅੰਦਰ ਆਪਣੇ ਜੱਦੀ ਪੁਸ਼ਤੀ ਪਿੰਡ ਦੇ ਅੰਦਰ ਆ ਗਏ ਨੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ, ਜਨਮ ਭੂਮੀ 'ਤੇ ਆ ਗਏ ਹੈ। ਇਸੇ ਤਰ੍ਹਾਂ ਜਿਹੜੇ ਜਲ ਪਾਣ ਹਵਾ ਦੇ ਕਾਰਨ ਸਰੀਰ ਦੇ ਵਿੱਚ ਰੋਗ ਪੈਦਾ ਹੁੰਦੇ ਹੈ ਨਾ, ਇਹਦੇ ਤੋਂ ਭਾਵ ਹੈ ਕਿ ਜਿਵੇਂ ਇਸ ਸਰੀਰ ਨੂੰ, ਇਸ ਤਨ ਨੂੰ ਅੱਛੀ ਖੁਰਾਕ ਮਿਲੇਗੀ ਤਾਂ ਫਿਰ ਇਹ ਸਰੀਰ ਵੀ ਤੰਦਰੁਸਤ ਰਹੇਗਾ, ਸੋਹਣੀ ਹਵਾ ਮਿਲੇਗੀ, ਕਿਉਂਕਿ ਜਿਹੜੀ ਹਵਾ ਹੈ ਉਹ ਬਹੁਤਾਤ ਹੀ ਗੁਰੂ ਪਿਆਰਿਓ ਅੱਜ ਦੀ ਹਵਾ ਦੇ ਵਿੱਚ ਪ੍ਰਦੂਸ਼ਣ ਫੈਲਿਆ ਹੋਇਆ ਹੈ। ਆਪ ਤੱਕਦੇ ਹੋ ਕਿ ਬਹੁਤਾਤ ਹੀ ਅੱਜ ਫੈਕਟਰੀਆਂ ਦੇ ਵਾਹਨ ਨੇ, ਬਹੁਤਾਤ ਮਸ਼ੀਨਰੀਆਂ ਚੱਲਦੀਆਂ ਪਈਆਂ ਨੇ, ਬਹੁਤਾਤ ਹੀ ਦੁਨਿਆਵੀ ਆਵਾਜਾਈ ਦੇ ਵਾਸਤੇ ਸਾਧਨ ਚੱਲਦੇ ਪਏ ਨੇ, ਜਿਹਦੇ ਕਾਰਨ ਇਹ ਹਵਾ ਜਿਹੜੀ ਹੈ ਪ੍ਰਦੂਸ਼ਿਤ ਹੋ ਰਹੀ ਹੈ, ਇਹ ਹਵਾ ਸਾਫ਼ ਸੁਥਰੀ ਨਹੀਂ ਰਹਿ ਰਹੀ। ਅਤੇ ਫਿਰ ਇਸੇ ਹੀ ਹਵਾ ਦੇ ਕਾਰਨ ਆਮ ਹੀ ਅਸੀਂ ਕਈ ਕਈ ਵਾਰ ਇਹ ਵਿਚਾਰ ਕਰਿਆ ਕਰਦੇ, ਇਹ ਸ਼ਬਦ ਵਰਤਿਆ ਕਰਦੇ ਹਾਂ ਕਿ ਭਾਈ ਸਾਫ਼ ਸੁਥਰੀ ਹਵਾ ਲੈਣ ਵਾਸਤੇ ਪਿੰਡ ਦੇ ਵਿੱਚ ਹੀ ਨਿਵਾਸ ਕਰਨਾ ਚਾਹੀਦਾ ਹੈ ਕਿ ਜਿੱਥੇ ਬਹੁਤਾਤ ਹੀ ਸੋਹਣੇ ਸੋਹਣੇ ਖੇਤਾਂ ਦਾ ਖੁੱਲ੍ਹਾ ਏਰੀਆ ਹੋਵੇ ਅਤੇ ਨਾਲ ਦੀ ਨਾਲ ਸਾਫ਼ ਸੁਥਰੀ ਜਿਹੜੀ ਹਵਾ ਹੈ ਉਹ ਸਰੀਰ ਦੀ ਕਿਰਿਆ ਸੋਚ ਸਕੇ, ਸਰੀਰ ਨੂੰ ਤੰਦਰੁਸਤੀ ਦੇ ਸਕੇ। ਅਤੇ ਆਮ ਅਸੀਂ ਸ਼ਬਦ ਵਰਤਿਆ ਕਰਦੇ ਹਾਂ ਕਿ ਹਰ ਰੋਜ਼ ਸ਼ਾਮ ਸਵੇਰੇ ਹਰ ਇੱਕ ਇਨਸਾਨ ਨੂੰ ਸੈਰ ਜ਼ਰੂਰ ਕਰ ਲੈਣੀ ਚਾਹੀਦੀ ਹੈ, ਉਹ ਖਾਸ ਕਰਕੇ ਕਿਸੇ ਬਗੀਚੇ ਦੀ, ਕਿਸੇ ਪਾਰਕ ਦੀ,
ਜਾਂ ਫਿਰ ਖਾਸ ਕਰਕੇ ਖੇਤਾਂ ਦੇ ਆਲੇ ਦੁਆਲੇ ਜਿਹੜੀ ਸੈਰ ਹੈ ਨਾ, ਸ਼ਾਮ ਸਵੇਰ ਵਕਤ ਹਰ ਇੱਕ ਇਨਸਾਨ ਨੂੰ ਕਰ ਲੈਣੀ ਚਾਹੀਦੀ ਹੈ। ਕਿਉਂਕਿ ਜਿਵੇਂ ਹੁਣ ਇਸ ਧਨ ਨੂੰ ਖੁਰਾਕ ਜਿਹੜੀ ਸਹੀ ਮਾਇਨਿਆਂ ਵਿੱਚ, ਹਵਾ ਜਿਹੜੀ ਸਹੀ ਰੂਪ ਵਿੱਚ ਨਹੀਂ ਮਿਲੀ ਅਤੇ ਧਨ ਦੇ ਵਿੱਚ ਰੋਗ ਖੜ੍ਹੇ ਹੋ ਗਏ ਨੇ, ਇਸੇ ਤਰ੍ਹਾਂ ਹੀ ਇਨਸਾਨ ਤਨ ਦੇ ਨਾਲ ਨਾਲ ਸਰੀਰ ਦੇ ਨਾਲ ਨਾਲ ਮਾਨਸਿਕ ਤੌਰ 'ਤੇ ਰੋਗੀ ਹੋ ਜਾਂਦਾ ਹੈ। ਕਿ ਜੇਕਰ ਤਨ ਦੀ ਖੁਰਾਕ ਇਹ ਭੋਜਨ ਹੈ, ਇਹ ਅੰਨ ਪਾਣੀ ਹੈ, ਇਹ ਹਵਾ ਹੈ, ਅਤੇ ਮਨ ਦੀ ਖੁਰਾਕ ਹੈ ਸ਼ੁੱਭ ਵਿਚਾਰ, ਚੰਗੀ ਸੋਚ ਅਤੇ ਚੰਗੀ ਕਰਨੀ, ਅਤੇ ਜੇਕਰ ਮਨ ਨੂੰ ਗੁਰੂ ਸਵਾਰੂ ਚੰਗੀ ਖੁਰਾਕ ਨਹੀਂ ਮਿਲੇਗੀ, ਮਨ ਦੇ ਅੰਦਰ ਸ਼ੁੱਭ ਵਿਚਾਰ ਚੰਗੇ ਵਿਚਾਰ ਉਤਪੰਨ ਨਹੀਂ ਹੋਣਗੇ, ਮਨ ਹਮੇਸ਼ਾ ਹੀ ਭੈੜੀ ਸੋਚਣੀ ਦੇ ਵਿੱਚ, ਭੈੜੇ ਖਿਆਲਾਂ ਦੇ ਵਿੱਚ ਘਿਰਿਆ ਰਹੇਗਾ, ਕਿਉਂਕਿ ਇਹ ਮਨ ਦੀ ਖੁਰਾਕ ਨੇ। ਅਤੇ ਜੇਕਰ ਮਨ ਨੂੰ ਵੀ ਖੁਰਾਕ ਜਿਹੜੀ ਹੈ ਉਹ ਸ਼ੁੱਧ, ਉਹ ਪੂਰੀ ਤਰ੍ਹਾਂ ਹੀ ਪਵਿੱਤਰ ਨਹੀਂ ਮਿਲੇਗੀ ਤਾਂ ਫਿਰ ਮਨ ਵੀ ਰੋਗੀ ਹੋ ਜਾਵੇਗਾ। ਇਸੇ ਕਾਰਨ ਹਰ ਇੱਕ ਦੇ ਲਈ ਆਪਣੇ ਮਨ ਨੂੰ ਔਰ ਤਨ ਨੂੰ ਰੋਗਾਂ ਤੋਂ ਰਹਿਤ ਰੱਖਣ ਵਾਸਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਜਿਹੜਾ ਤਨ ਦੇ ਨਾਲ ਨਾਲ ਮਨ ਦੇ ਰੋਗਾਂ ਦਾ ਵੀ ਨਾਸ਼ ਕਰਦਿਆ ਕਰਦਾ ਹੈ। ਅਤੇ ਜੇਕਰ ਅਸੀਂ ਆਪਣੇ ਮਨ ਨੂੰ ਚੰਗੇ ਵਿਚਾਰਾਂ ਦੀ ਖੁਰਾਕ ਦੇਣੀ ਹੈ, ਚੰਗੇ ਖਿਆਲਾਂ ਦੀ ਖੁਰਾਕ ਦੇ ਨਾਲ ਹੀ ਆਪਣੇ ਮਨ ਨੂੰ ਤੰਦਰੁਸਤ ਬਣਾਉਣਾ ਹੈ, ਪਵਿੱਤਰ ਬਣਾਉਣਾ ਹੈ, ਆਪਣੇ ਮਨ ਦੇ ਖਿਆਲ ਜਿਹੜੇ ਸ਼ੁੱਧ ਰੱਖਣੇ ਨੇ, ਜਿਹੜਾ ਸਾਡਾ ਮਨ ਹੈ ਉਹ ਭੈੜੀ ਸੋਚਣੀ ਨਾ ਸੋਚੇ, ਭੈੜੇ ਖਿਆਲਾਂ ਦਾ ਸ਼ਿਕਾਰ ਨਾ ਹੋਵੇ, ਤਾਂ ਫਿਰ ਉਹਦਾ ਇੱਕੋ ਹੀ ਇੱਕ ਉਪਾਅ ਹੈ, ਉਹ ਹੈ ਵਾਹਿਗੁਰੂ ਜੀ ਦਾ ਉਪਦੇਸ਼, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ। ਜੇਕਰ ਅਸੀਂ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਜੁੜਾਂਗੇ ਤਾਂ ਹੀ ਸਾਡੇ ਸਰੀਰ ਦੇ ਅੰਦਰ ਗੁਰੂ ਪਿਆਰਿਓ ਸ਼ੁੱਭ ਵਿਚਾਰ ਪੈਦਾ ਹੋਣਗੇ, ਚੰਗੇ ਖਿਆਲ ਪੈਦਾ ਹੋਣਗੇ, ਭਾਵ ਕਿ ਸਾਡੇ ਮਨ ਦੀ ਜਿਹੜੀ ਖੁਰਾਕ ਹੈ ਨਾ ਉਹ ਗੁਰੂ ਦੀ ਬਾਣੀ ਬਣ ਜਾਵੇ, ਰੱਬੀ ਅਲਾਹੀ ਬਾਣੀ ਦਾ ਕੀਰਤਨ ਸਾਡੇ ਰੂਹਾਨੀਅਤ ਪੱਖ ਤੋਂ ਖੁਰਾਕ ਬਣ ਜਾਵੇ, ਉਸ ਨਿਰੰਕਾਰ ਪਿਤਾ ਦੇ ਸ਼ਬਦ ਦੀ ਵਿਚਾਰ ਸਾਡੇ ਮਨ ਦੀ ਖੁਰਾਕ ਬਣ ਜਾਵੇ, ਅਤੇ ਫਿਰ ਐਟੋਮੈਟਿਕਲੀ ਹੀ ਆਪਣੇ ਆਪ ਹੀ ਇਸ ਮਨ ਨੂੰ ਸ਼ੁੱਧ ਖੁਰਾਕ ਮਿਲੇਗੀ। ਮਨ ਨੂੰ ਖੁਰਾਕ ਜਿਹੜੀ ਰੂਹਾਨੀਅਤ ਦੇ ਪੱਖ ਤੋਂ ਹੈ ਉਹ ਬਹੁਤ ਪਾਕ ਅਤੇ ਪਵਿੱਤਰ ਮਿਲੇਗੀ। ਅਤੇ ਇਸੇ ਤਰ੍ਹਾਂ ਅਸੀਂ ਆਮ ਹੀ ਸ਼ਬਦ ਵਰਤਿਆ ਕਰਦੇ ਹਾਂ ਕਿ ਜਿਸ ਤਰ੍ਹਾਂ ਦਾ ਬੱਚੇ ਦਾ ਵਾਤਾਵਰਣ ਹੋਵੇਗਾ ਉਸੇ ਤਰ੍ਹਾਂ ਦੀ ਹੀ ਬੱਚੇ ਨੂੰ ਸੁਮਤ ਪ੍ਰਾਪਤ ਹੋਵੇਗੀ, ਸਿੱਖਿਆ ਪ੍ਰਾਪਤ ਹੋਵੇਗੀ। ਹੁਣ ਇਸੇ ਤਰ੍ਹਾਂ ਜੇਕਰ ਸਾਡੇ ਮਨ ਦੇ ਸ਼ੁੱਭ ਵਿਚਾਰ ਖੁਰਾਕ ਬਣ ਜਾਣਗੇ, ਸਾਡੇ ਮਨ ਦੇ ਵਿੱਚ ਚੰਗੇ ਖਿਆਲ ਪੈਦਾ ਹੋਣਗੇ, ਅਸੀਂ ਗੁਰੂ ਦੀ ਅਲਾਹੀ ਬਾਣੀ ਨੂੰ ਆਪਣੀ ਰੂਹਾਨੀਅਤ ਦੇ ਪੱਖੋਂ ਖੁਰਾਕ ਬਣਾ ਲਵਾਂਗੇ, ਅਤੇ ਫਿਰ ਸਾਡਾ ਮਨ ਵੀ ਇਹ ਰੋਗਾਂ ਤੋਂ ਰਹਿਤ ਹੋ ਸਕਦਾ ਹੈ। ਤਾਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤਾ ਹੈ ਕਿ ਹਰ 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 ਆਰਾਧੀ ਹੈ ਹੋਈਐ ਆਰੋਗ। ਆਰੋਗ ਜਿਹੜਾ ਸ਼ਬਦ ਹੈ ਨਾ, ਇਹ ਰੋਗ ਸ਼ਬਦ ਦਾ ਨੈਗੇਟਿਵ ਹੈ, ਅਸਲ ਦੇ ਵਿੱਚ ਸ਼ਬਦ ਰੋਗ ਹੈ, ਪਰ ਰੋਗਾਂ ਤੋਂ ਰਹਿਤ ਸ਼ਬਦ ਸਪਸ਼ਟ ਕਰਨ ਵਾਸਤੇ ਜਾਂ ਅਰਥ ਸਪਸ਼ਟ ਕਰਨ ਵਾਸਤੇ ਸਾਹਿਬ ਨੇ ਰੋਗ ਸ਼ਬਦ ਦੀ ਆਰੰਭਤਾ ਦੇ ਵਿੱਚ ਐੜਾ ਵਰਤਿਆ ਹੈ, ਅਰੋਗ, ਭਾਵ ਕਿ ਰੋਗਾਂ ਤੋਂ ਰਹਿਤ। ਹੁਣ ਇਨਸਾਨ ਨੂੰ ਰੋਗ ਜਿਹੜੇ ਹੈ ਨਾ ਉਹ ਤਨ ਤੋਂ ਹੀ ਪੈਦਾ ਹੁੰਦੇ ਹੈ, ਅਤੇ ਜਦੋਂ ਇਹਨਾਂ ਰੋਗਾਂ ਦਾ ਸਿਲਸਿਲਾ ਬਹੁਤਾਤ ਵੱਧ ਜਾਂਦਾ ਹੈ ਅਤੇ ਫਿਰ ਉਹੀ ਰੋਗਾਂ ਦਾ ਭਾਰ ਜਦੋਂ ਇਹ ਤਨ ਸਹਿਣ ਨਹੀਂ ਕਰ ਪਾਉਂਦਾ ਅਤੇ ਫਿਰ ਇਹੀ ਰੋਗ ਜਿਹੜੇ ਹੈ
ਸਰੀਰ ਦੇ ਨਾਲ ਨਾਲ ਮਾਨਸਿਕ ਤੌਰ 'ਤੇ ਵੀ ਇਨਸਾਨ ਉੱਪਰ ਹਾਵੀ ਹੋ ਜਾਂਦੇ ਹੈ, ਭਾਵ ਕਿ ਮਨ ਨੂੰ ਵੀ ਆਪਣੇ ਸਿੰਗੰਜੇ ਦੇ ਵਿੱਚ ਜਕੜ ਲਿਆ ਕਰਦੇ ਨੇ, ਆਪਣੇ ਜ਼ਾਲ ਦੇ ਵਿੱਚ ਬਹੁਤਾਤ ਹੀ ਪਸਾਰ ਲਿਆ ਕਰਦੇ ਨੇ, ਅਤੇ ਫਿਰ ਮਨ ਵੀ ਰੋਗੀ ਹੋ ਬੈਠਦਾ ਹੈ।